ਵੱਡੀ ਖਬਰ ਕੁੱਲੜ ਪੀਜੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦਾ ਵਿਵਾਦ ਸੋਸ਼ਲ ਮੀਡੀਆ ਤੇ ਖੂਬ ਛਾ ਰਿਹਾ ਹੈ। ਹਾਲ ਹੀ ਵਿੱਚ ਇੱਕ ਨਿਹੰਗ ਸਿੰਘ ਨੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਹੈ ਤੇ ਅਜਿਹੀਆਂ ਵੀਡੀਓ ਸੀ ਬਣਾਉਣੀਆਂ ਨੇ ਤਾਂ ਸਾਨੂੰ ਸਾਡੀ ਪੱਗ ਮੋੜ ਦੇ, ਪੱਗ ਬੰਨ ਕੇ ਅਜਿਹੀਆਂ ਵੀਡੀਓਸ ਨਾ ਬਣਾਓ, ਇਸ ਦੇ ਨਾਲ ਸਿੱਖੀ ਨੂੰ ਦਾਗ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕੁੱਲੜ ਪੀਜੇ ਵਾਲਿਆਂ ਤੋਂ ਉਹਨਾਂ ਦੇ ਪੇਜ ਤੇ ਪਈਆਂ ਜਾਂ ਇੰਸਟਾਗ੍ਰਾਮ ਅਕਾਊਂਟ ਤੇ ਪਈਆਂ ਸਾਰੀਆਂ ਵੀਡੀਓਸ ਡਿਲੀਟ ਕਰਾਵਾਂਗੇ। ਤੁਹਾਡੇ ਅਨੁਸਾਰ ਇਹ ਕਰਨਾ ਸਹੀ ਹੈ ਜਾਂ ਗਲਤ, ਤੁਸੀਂ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ, ਕਿਉਂਕਿ ਅਜਿਹੇ ਹੋਰ ਵੀ ਕਈ ਇੰਸਟਾਗ੍ਰਾਮਰ ਕਹਿ ਲਈਏ ਆਪਾਂ ਜਾਂ ਕੰਟੈਂਟ ਕ੍ਰੀਏਟਰ ਨੇ ਜਿਹੜੇ ਪੱਗ ਬੰਨ ਕੇ ਅਜਿਹੀਆਂ ਹਰਕਤਾਂ ਕਰਦੇ ਨੇ। ਤੁਸੀਂ ਇਸ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਵੱਡੀ ਖਬਰ ਕੁੱਲੜ ਪੀਜੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦਾ ਵਿਵਾਦ ਸੋਸ਼ਲ ਮੀਡੀਆ ਤੇ ਖੂਬ ਛਾ ਰਿਹਾ ਹੈ। ਹਾਲ ਹੀ ਵਿੱਚ ਇੱਕ ਨਿਹੰਗ ਸਿੰਘ ਨੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਹੈ ਤੇ ਅਜਿਹੀਆਂ ਵੀਡੀਓ ਸੀ ਬਣਾਉਣੀਆਂ ਨੇ ਤਾਂ ਸਾਨੂੰ ਸਾਡੀ ਪੱਗ ਮੋੜ ਦੇ, ਪੱਗ ਬੰਨ ਕੇ ਅਜਿਹੀਆਂ ਵੀਡੀਓਸ ਨਾ ਬਣਾਓ, ਇਸ ਦੇ ਨਾਲ ਸਿੱਖੀ ਨੂੰ ਦਾਗ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕੁੱਲੜ ਪੀਜੇ ਵਾਲਿਆਂ ਤੋਂ ਉਹਨਾਂ ਦੇ ਪੇਜ ਤੇ ਪਈਆਂ ਜਾਂ ਇੰਸਟਾਗ੍ਰਾਮ ਅਕਾਊਂਟ ਤੇ ਪਈਆਂ ਸਾਰੀਆਂ ਵੀਡੀਓਸ ਡਿਲੀਟ ਕਰਾਵਾਂਗੇ। ਤੁਹਾਡੇ ਅਨੁਸਾਰ ਇਹ ਕਰਨਾ ਸਹੀ ਹੈ ਜਾਂ ਗਲਤ, ਤੁਸੀਂ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ, ਕਿਉਂਕਿ ਅਜਿਹੇ ਹੋਰ ਵੀ ਕਈ ਇੰਸਟਾਗ੍ਰਾਮਰ ਕਹਿ ਲਈਏ ਆਪਾਂ ਜਾਂ ਕੰਟੈਂਟ ਕ੍ਰੀਏਟਰ ਨੇ ਜਿਹੜੇ ਪੱਗ ਬੰਨ ਕੇ ਅਜਿਹੀਆਂ ਹਰਕਤਾਂ ਕਰਦੇ ਨੇ। ਤੁਸੀਂ ਇਸ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੱਡੀ ਖਬਰ ਕੁੱਲੜ ਪੀਜੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦਾ ਵਿਵਾਦ ਸੋਸ਼ਲ ਮੀਡੀਆ ਤੇ ਖੂਬ ਛਾ ਰਿਹਾ ਹੈ। ਹਾਲ ਹੀ ਵਿੱਚ ਇੱਕ ਨਿਹੰਗ ਸਿੰਘ ਨੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਹੈ ਤੇ ਅਜਿਹੀਆਂ ਵੀਡੀਓਸ ਹੀ ਬਣਾਉਣੀਆਂ ਨੇ ਤਾਂ ਸਾਨੂੰ ਸਾਡੀ ਪੱਗ ਮੋੜ ਦੇ, ਪੱਗ ਬੰਨ ਕੇ ਅਜਿਹੀਆਂ ਵੀਡੀਓਸ ਨਾ ਬਣਾਓ, ਇਸ ਦੇ ਨਾਲ ਸਿੱਖੀ ਨੂੰ ਦਾਗ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕੁੱਲੜ ਪੀਜੇ ਵਾਲਿਆਂ ਤੋਂ ਉਹਨਾਂ ਦੇ ਪੇਜ ਤੇ ਪਈਆਂ ਜਾਂ ਇੰਸਟਾਗ੍ਰਾਮ ਅਕਾਊਂਟ ਤੇ ਪਈਆਂ ਸਾਰੀਆਂ ਵੀਡੀਓਸ ਡਿਲੀਟ ਕਰਾਵਾਂਗੇ। ਤੁਹਾਡੇ ਅਨੁਸਾਰ ਇਹ ਕਰਨਾ ਸਹੀ ਹੈ ਜਾਂ ਗਲਤ, ਤੁਸੀਂ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ, ਕਿਉਂਕਿ ਅਜਿਹੇ ਹੋਰ ਵੀ ਕਈ ਇੰਸਟਾਗ੍ਰਾਮਰ ਕਹਿ ਲਈਏ ਆਪਾਂ ਜਾਂ ਕੰਟੈਂਟ ਕ੍ਰੀਏਟਰ ਨੇ ਜਿਹੜੇ ਪੱਗ ਬੰਨ ਕੇ ਅਜਿਹੀਆਂ ਹਰਕਤਾਂ ਕਰਦੇ ਨੇ। ਤੁਸੀਂ ਇਸ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੱਡੀ ਖਬਰ ਕੁੱਲੜ ਪੀਜੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦਾ ਵਿਵਾਦ ਸੋਸ਼ਲ ਮੀਡੀਆ ਤੇ ਖੂਬ ਛਾ ਰਿਹਾ ਹੈ। ਹਾਲ ਹੀ ਵਿੱਚ ਇੱਕ ਨਿਹੰਗ ਸਿੰਘ ਨੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਹੈ ਤੇ ਅਜਿਹੀਆਂ ਵੀਡੀਓਸ ਹੀ ਬਣਾਉਣੀਆਂ ਨੇ ਤਾਂ ਸਾਨੂੰ ਸਾਡੀ ਪੱਗ ਮੋੜ ਦੇ, ਪੱਗ ਬੰਨ ਕੇ ਅਜਿਹੀਆਂ ਵੀਡੀਓਸ ਨਾ ਬਣਾਓ, ਇਸ ਦੇ ਨਾਲ ਸਿੱਖੀ ਨੂੰ ਦਾਗ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕੁੱਲੜ ਪੀਜੇ ਵਾਲਿਆਂ ਤੋਂ ਉਹਨਾਂ ਦੇ ਪੇਜ ਤੇ ਪਈਆਂ ਜਾਂ ਇੰਸਟਾਗ੍ਰਾਮ ਅਕਾਊਂਟ ਤੇ ਪਈਆਂ ਸਾਰੀਆਂ ਵੀਡੀਓਸ ਡਿਲੀਟ ਕਰਾਵਾਂਗੇ। ਤੁਹਾਡੇ ਅਨੁਸਾਰ ਇਹ ਕਰਨਾ ਸਹੀ ਹੈ ਜਾਂ ਗਲਤ, ਤੁਸੀਂ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ, ਕਿਉਂਕਿ ਅਜਿਹੇ ਹੋਰ ਵੀ ਕਈ ਇੰਸਟਾਗ੍ਰਾਮਰ ਕਹਿ ਲਈਏ ਆਪਾਂ ਜਾਂ ਕੰਟੈਂਟ ਕ੍ਰੀਏਟਰ ਨੇ ਜਿਹੜੇ ਪੱਗ ਬੰਨ ਕੇ ਅਜਿਹੀਆਂ ਹਰਕਤਾਂ ਕਰਦੇ ਨੇ। ਤੁਸੀਂ ਇਸ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੱਡੀ ਖਬਰ ਕੁੱਲੜ ਪੀਜੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿਸ ਦਾ ਵਿਵਾਦ ਸੋਸ਼ਲ ਮੀਡੀਆ ਤੇ ਖੂਬ ਛਾ ਰਿਹਾ ਹੈ। ਹਾਲ ਹੀ ਵਿੱਚ ਇੱਕ ਨਿਹੰਗ ਸਿੰਘ ਨੇ ਉਹਨਾਂ ਨੂੰ ਇੱਕ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਹੈ ਤੇ ਅਜਿਹੀਆਂ ਵੀਡੀਓਸ ਹੀ ਬਣਾਉਣੀਆਂ ਨੇ ਤਾਂ ਸਾਨੂੰ ਸਾਡੀ ਪੱਗ ਮੋੜ ਦੇ, ਪੱਗ ਬੰਨ ਕੇ ਅਜਿਹੀਆਂ ਵੀਡੀਓਸ ਨਾ ਬਣਾਓ, ਇਸ ਦੇ ਨਾਲ ਸਿੱਖੀ ਨੂੰ ਦਾਗ ਲੱਗਦਾ ਹੈ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕੁੱਲੜ ਪੀਜੇ ਵਾਲਿਆਂ ਤੋਂ ਉਹਨਾਂ ਦੇ ਪੇਜ ਤੇ ਪਈਆਂ ਜਾਂ ਇੰਸਟਾਗ੍ਰਾਮ ਅਕਾਊਂਟ ਤੇ ਪਈਆਂ ਸਾਰੀਆਂ ਵੀਡੀਓਸ ਡਿਲੀਟ ਕਰਾਵਾਂਗੇ। ਤੁਹਾਡੇ ਅਨੁਸਾਰ ਇਹ ਕਰਨਾ ਸਹੀ ਹੈ ਜਾਂ ਗਲਤ, ਤੁਸੀਂ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ, ਕਿਉਂਕਿ ਅਜਿਹੇ ਹੋਰ ਵੀ ਕਈ ਇੰਸਟਾਗ੍ਰਾਮਰ ਕਹਿ ਲਈਏ ਆਪਾਂ ਜਾਂ ਕੰਟੈਂਟ ਕ੍ਰੀਏਟਰ ਨੇ ਜਿਹੜੇ ਪੱਗ ਬੰਨ ਕੇ ਅਜਿਹੀਆਂ ਹਰਕਤਾਂ ਕਰਦੇ ਨੇ। ਤੁਸੀਂ ਇਸ ਬਾਰੇ ਕੀ ਕਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।